ਰਿਹਾ ਸਾ ਜੀ, ਰਾਤੀ ਤੂੰ ਕਿਸ ਟਾਈਮ ਗਈ ਹੈ? ਰਾਤੀ ਤੇ ਅੱਧੀ ਰਾਤ ਆ ਸੀ ਜੀ ਨਾ, ਅੱਧੀ ਰਾਤ ਆ ਹਾਂ ਸੀ। ਰਾਤੀ ਅੱਧੀ ਰਾਤ ਆ ਸੀ ਜੀ। ਪੂਰੀ ਕਹਾਣੀ ਨੂੰ ਸਟਾਰਟ ਹੁਣ ਕਰ ਪੂਰੀ ਕਹਾਣੀ ਤੂੰ ਸਾਨੂੰ ਦੱਸ। ਬਸ ਉਹ ਅੱਧੀ ਰਾਤ ਹੀ ਗਈ ਆ ਮੈਂ, ਹਾਂ ਮੇਰੇ ਬੂਆ ਖੜਕਾਇਆ, ਦਰਵਾਜ਼ਾ ਖੜਕਾਇਆ, ਮੈਂ ਨਹੀਂ ਅੱਖੀ ਤੇ ਹਾਂ ਹਾਂ ਮੈਂ ਆਇਆ ਜ਼ਿਆਦਾ ਜ਼ਿਆਦਾ ਕੀਤੇ ਮੈਂ। ਅੱਛਾ ਉਸ ਉੱਠੀ ਮੈਂ ਹੈ ਦੋਸਤ ਨਾ ਜੀ, ਜ਼ਾਇਦਾ ਨਾ ਹੈ ਨਾ, ਦਰਵਾਜ਼ਾ ਖੋਲਿਆ ਮੈਂ, ਉਸ ਉਸਨੂੰ ਖੋਲਿਆ ਮੈਂ ਬੜੀਆਂ ਮੈਂ, ਫਿਰ ਉਹਦੀਆਂ ਤਲੇ ਉਸਨੂੰ ਕਾਹਵਾ ਤਪਾਇਆ ਤਪਾਇਆ ਮੈਂ ਤੋਂ ਆ ਕੇ ਦੋ ਪਿਆਲੀਆਂ ਖੜੀਆਂ, ਉਹ ਧੋਣੇ ਸਭ ਆਪਣੀਆਂ ਪਿਆਲੀਆਂ ਨਾਲ ਆ ਗਿਆ ਸੀ, ਆਰਾਮ ਕੋ ਤਕਲੀਫ ਪੈ ਗਈ ਸੀ, ਮੈਂ ਉਸ ਤੋਂ ਖੜੀਆਂ ਆਪਣੀਆਂ ਦੋ ਪਿਆਲੀਆਂ, ਉਹ ਮਰ ਗਈ ਅਸਾਂ ਵੀ ਮਰਨੇ, ਦੋ ਪਿਆਲੀਆਂ ਖੜੀਆਂ ਵਿੱਚ ਇੱਕ ਪਿਆਲੀ ਉਹ ਸੋਨਾ ਦੀ ਜੀ ਪੀਤੀ ਹੈ, ਇੱਕ ਮੈਂ ਪੀਤੀ ਹੈ, ਬਸ ਅੱਧੀ ਅੱਧੀ ਪਿਆਲੀ ਕਾਹਵੇ ਦੀ ਅਸੀਂ ਤਪਾਇਆ, ਬਸ ਫਿਰ ਪਿੱਛੇ ਬਸ ਲੈ ਗਏ ਮੈਂ ਹੱਟੂ ਨੂੰ ਜੀ, ਲੜਾਈ ਕਿਸ ਗੱਲਾਂ ਦੀ ਹੋਈ? ਝਗੜਾ ਹੀ ਹੋਇਆ ਨਾ, ਮੈਂ ਆਖਿਆ ਤੂੰ ਮੇਰੇ ਕੋਲ ਵਿਆਹ ਦਾ ਨਾ, ਤੂੰ ਮਾੜੀ ਨਹੀਂ ਹੋਈ ਚਾਹ ਪੀਣੇ ਦੇ ਟਾਈਮ ਵਿਆਹ ਦਾ ਆਖਿਆ ਤੂੰ ਜੀ, ਚਾਹ ਦੇ ਟਾਈਮ ਵਿਆਹ ਦਾ ਆਖਿਆ ਜਿਸ ਲਈ ਕਾਵਾ ਤੁਕ ਪਲਾਨ ਦੀ ਅਸੀਂ ਉਸ ਵਕਤ, ਉਸ ਵਕਤ ਮੈਂ ਆਖਿਆ, ਉਸ ਵਕਤ ਮੈਂ ਆਖਿਆ ਬੱਚੀ ਤੂੰ ਕਾਵਾ ਪੀ ਕੇ ਰਹੀ ਹੈ ਨਾ, ਮੈਂ ਆਖਿਆ ਬੱਚੀ ਮਾੜੇ ਨਾਲ ਵਿਆਹ ਜੁੜਦਾ, ਪਰ ਉੱਠ ਕੇ ਮਾੜੇ ਨਾਲ ਤੜ ਕੇ ਉੱਠੀ ਆ ਜੇ ਚਮੂ ਚਮੀ, ਅੱਛਾ ਚਮੂ ਚਮੀ, ਫਿਰ ਚਮੀ ਕੋਲੋਂ ਤੇਰੇ ਐਠੀਏ ਨਾ, ਫਿਰ ਐਠੀਏ, ਫਿਰ ਤਲੇ ਮੁੜ ਕੇ ਕੁਲੀਆਂ ਕੁਲੀਆਂ ਖਾ ਸੀ, ਕੁਲੀਆਂ ਹਾਂ ਕੇ ਕਿੰਨਾ ਟਾਈਮ ਤੁਸੀਂ ਕੋਲੀ ਹੋ? ਹਾਂ ਪਾਂਚ ਨਹੀਂ ਸੀ, ਅੱਧਾ ਘੰਟਾ ਕੁਲੀਆਂ ਮੈਂ, ਬਸ ਇੱਕ ਇੱਕ ਵੀ ਬਸ ਇੱਕ ਚਮੇ ਲੱਗ ਗਈ ਕਸ ਨਾਲ, ਉਹ ਨੂੰ ਮੱਟ ਨਾਲ ਤਾਂ ਮੜੇ ਮੈਂ ਆ ਕੇ ਨਾ ਦੂੜੀ ਨੂਆਂ ਦਾ ਜ਼ਾਇਦਾ, ਹਾਂ ਹਾਂ ਤੁਸੀਂ ਨਾ ਜਿਹੜੀ ਮੋਈ ਜੇ ਮੈਂ ਮਾਰੀਏ, ਅੱਛਾ ਤੇ ਬਸ ਪਿੱਛੇ ਆਖਰੀ ਉਹ ਖੰਡੋੜ ਕੇ ਚੜੀਏ ਖਟੇ ਤੇ, ਫਿਰ ਮੈਂ ਦੌੜੀਆਂ ਨਾੜਾ ਕੱਢ ਗਏ ਆਣ ਕੇ, ਦੌੜੀ ਕਿੱਥੇ? ਬਸ ਉਹ ਤੇ ਲੰਘ ਲੰਘੀਆਂ ਮੈਂ ਨਾੜਾ ਕੱਢ ਕੇ ਜੀ, ਕਿੱਥੇ ਗਈ? ਉਹ ਸੀ ਇਹਦਾ ਨਾੜਾ ਆਂਦੀ ਆਸੀਆਂ ਤੋੜਾ ਘਰ ਹੈ ਕਸ ਤੱਕ ਉਥੋਂ ਕੱਢੇ ਆਪਣੇ ਘਰ ਹੈ ਵਿੱਚੋਂ, ਅੱਛਾ ਤਮੀ ਵਿੱਚੋਂ ਕੱਢੇ ਨਾ, ਫਿਰ ਗਈਆਂ ਇਹ ਫੰਡੁਰ ਗਈ ਅਸੀਂ, ਬਸ ਕੋ ਨਾੜਾ ਦੇ ਥੁੱਬਾ ਹੈ ਤਾਂ ਬਸ ਐਂ ਮੈਂ ਗਾਠੀ ਦੀ ਹੈ ਬਸ ਇਸੇ ਖੜਕਾਰ ਆ ਸਫ ਹੈ, ਅੱਛਾ ਜੀ ਇਹ ਗੱਲ ਹੋਈ ਹੈ ਜੀ, ਫਿਰ ਫਿਰ ਕੀ ਕੀਤਾ? ਫਿਰ ਨਿਕਾ ਬੱਚਾ ਉਠੇ ਜਨ ਉਠੇ ਰੋਂਦਿਆ ਸੀ, ਤਾਂ ਰੋਂਦਿਆ ਸੋਚੋ ਸੀ ਰੋਂਦਿਆ ਸੀ ਇੱਕ ਰਿਵਾਜ਼ ਪਟਾ, ਫਿਰ ਵਡੇਰੇ ਕੋ ਮੈਂ ਹਫੀ ਲਾਈ ਹੈ, ਫਿਰ ਉਹ ਖੱਟੇ ਦਾ ਰਾਸ ਕਰਕੇ ਬਾਹ ਗਏ, ਫਿਰ ਮੈਂ ਆਪੇ ਘਰੇ ਕੁੰਡੀ ਚਾੜ ਗਿਆ, ਕੁੰਡੀ ਚਾੜ ਗਏ ਕੱਪੜੇ ਮਾੜੇ ਹੱਥਾਂ ਹੀ ਵੇ ਗਏ, ਉਹ ਨਾੜਾ ਮੈਂ ਹੱਥਾਂ ਹੀ ਵਿੱਚ ਆਈਆਂ ਕੱਢੇ ਤਮੀ ਲਾ ਦੀ ਕਮੀਜ਼, ਬਸ ਮੈਂ ਕੱਢੇ ਉੱਥੇ ਆਈਆਂ ਮੈਂ ਆਪੇ ਲਾਂਗੇ ਦਾ ਕੁੰਡੀ ਲਾ ਛੁੜੀ ਹੈ, ਕੁੰਡੀ ਲਾਈ ਉਸ ਦਰਵਾਜ਼ਾ ਖੁੱਲਤੇ ਦਾ ਸਾ ਜੀ, ਖੁੱਲਤੇ ਦਾ ਸਾ ਦਰਵਾਜ਼ਾ, ਮੈਂ ਆਖਿਆ ਇਹ ਆਉਣਾ ਹੀ ਮਾਰ ਗਈ ਦਰਵਾਜ਼ਾ, ਮੈਂ ਆਪਣੇ ਦਿਲੇ ਵੀ ਆਖਿਆ ਕਿ ਪਤਾ ਮੈਂ ਜੁਲ ਹੱਤੀਆਂ ਆਉਣਾ ਇਸ ਦਰਵਾਜ਼ੇ 'ਤੇ ਜੁਲਦਾ, ਪਰ ਅਸੀਂ ਲੋਕ ਆਸ ਸੋਹਣੇ ਸਰਮਾਰ ਛੁੜੀ, ਮੈਂ ਆਪਣੇ ਦਿਲੇ ਵੀ ਇਹ ਵੀ ਡਰ ਗਈਆਂ ਤਰੋ ਖਾ ਗਈਆਂ ਮੈਂ, ਬਸ ਇਹ ਤਰੇ ਬੱਚੇ ਦੋ ਬੱਚੇ ਤੇ ਇੱਕੋ ਬੱਚੇ ਨੂੰ ਮਾੜੇ ਕੋਲੋਂ ਮਾਰੀ ਗਈ ਹੈ, ਮੈਂ ਮਾਰ ਛੁੜੀ ਤੇ ਉਹ ਮਾੜੇ ਨਾਲ ਬਸਾਉਣ ਨਾ ਹੋਇਆ, ਮਾੜੇ ਨਾਲ ਨਾ ਮੁਕਾਬਲਾ ਕਰਿਆ ਤੇ ਮੈਂ ਨਾ ਮਾਰਦੀ ਆ ਸੀ, ਫਿਰ ਤੂੰ ਸੁਬਹ ਕੋ ਫਿਰ ਸੁਬਹ ਮੈਂ ਐਠੀ ਨਹੀਂ ਮੁੜ ਕੇ ਆਪੇ ਘਰ ਲੋ ਹੋਈ ਹੈ, ਚੰਗੀ ਬਾਂਗ ਹੋਈ ਹੈ, ਚੰਗੀ ਲੋ ਹੋਈ ਹੈ ਨਾ ਜੀ, ਦੀ ਆ ਰਿਹਾ ਸਾ ਜੀ, ਸੜਕਾਂ ਕੋਲੋਂ ਅੱਗੇ ਗਵਾ ਰਿਹਾ ਸਾ, ਫਿਰ ਮੈਂ ਗਈਆਂ ਉੱਥੇ ਚੜ ਕੇ ਸਿੱਧੀ ਗਈਆਂ ਮੈਂ ਤੇ ਤੱਕੀ ਕੋਲੋਂ ਚੜ ਕੇ ਮੈਂ ਤੇ ਗਈਆਂ, ਮੇਰਾ ਅਜ਼ੀਮ ਸ਼ਾਹਬਾ ਜੀ ਦੀ ਗਈਆਂ ਤਾਂ ਉਸ ਚੰਨੀਆਂ ਬੋਲੀਆਂ ਖਾਸ ਤੀ ਸਾਸਾ ਖਾਓ ਚਲੋ ਜਲਦੀ ਆਖਿਆ ਲੱਗੀ ਤੀ, ਬਸ ਉਸਕੋ ਮੈਂ ਦੌੜ ਗਿਆ ਹੈ, ਉਹਨੂੰ ਕੋਈ ਪੁੱਛਿਆ ਬਾਜੀ ਕਿੱਥੇ ਆਖਿਆ ਤਲਾਇਆ ਹੈ, ਉਸਕੋ ਵੀ ਪੁੱਛਿਆ ਕਿੱਥੇ ਆਖਿਆ ਤਲਾਇਆ ਹੈ, ਮੈਂ ਪਾ ਕੇ ਖਾਣੇ ਮੇਰਾ ਬਾਹਨੇ ਬਾਜੀ ਕੋਲ ਬੈਠ ਗਈ ਹਾਂ, ਉਸ ਦੀ ਘਰਵਾਲੀ ਬੋਲੀ ਆਖੇ ਤਲਾਂ ਤੁਸ ਦੋ ਬੱਚੇ ਤਾਂ ਨੂੰ ਥੋੜ੍ਹੀ ਮਾਰ ਗਈ ਹੈ, ਮੈਂ ਅਗੋ ਆਖਿਆ ਵੀ ਮੇਰੇ ਕੋਲ ਹਲੇ ਹੋ ਰਹੀ ਹੈ, ਚੁੱਪ ਹੋ ਰਹੀ ਹੈ, ਮੈਂ ਅਗੋ ਕੋਈ ਪਤਾ ਨਹੀਂ, ਬਸ ਮੁੜ ਕੇ ਮੈਂ ਘਰੇ ਹੀ ਗਵਾ ਰਹੀ, ਕਹਿ ਰਿਹਾ ਤਲਾਂ ਆਈਆਂ ਅਗੋ ਪਰ ਜਨਾਜ਼ੇ ਆ ਸੀ ਜੀ,